ਦੋ ਗੱਲਾਂ ਨੂੰ ਲੈ ਕੇ ਗੜਚੋੜ ਦੇ ਵਿੱਚ ਸਮਝੌਤਾ ਨਹੀਂ ਬਣ ਸਕਿਆ। ਸਭ ਤੋਂ ਪਹਿਲੀ ਗੱਲ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਸੀ, ਜਿੱਥੋਂ ਕਿ ਟਕਸਾਲੀ ਅਕਾਲੀ ਦਲ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕਿਆ ਹੈ। ਸਾਬਕਾ ਵਿਧਾਨ ਸਭਾ ਸਪੀਕਰ ਵੀਰ ਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਟਕਸਾਲੀ ਦਲ ਟਕਸਾਲੀਆਂ ਦੇ ਵੱਲੋਂ ਐਲਾਨਿਆ ਗਿਆ ਸੀ ਅਤੇ ਫਿਲਹਾਲ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਇਸ ਸੀਟ ਤੋਂ ਐਲਾਨਣਾ ਚਾਹੁੰਦੀ ਸੀ। ਇਸੇ ਮਸਲੇ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿਚਾਲੇ ਜਿਹੜਾ ਹੈ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਹੈ ਅਤੇ ਇਸ ਤੋਂ ਬਾਅਦ ਹੁਣ ਸਮਝੌਤੇ ਦੀਆਂ ਜੋ ਸੰਭਾਵਨਾਵਾਂ ਚੱਲ ਰਹੀਆਂ ਸੀ ਦੋਵਾਂ ਦੇ ਵਿਚਾਲੇ ਗੱਠਜੋੜ ਦੀਆਂ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ। ਉਹਦੇ ਵਿੱਚ ਗੁਨਾਹਗਾਰ ਨੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਲੋਕ ਸਭਾ ਚੋਣਾਵਾਂ ਦਾ ਬਿਲਕੁਲ ਬਚ ਚੁੱਕਾ ਹੈ ਤੇ ਤੁਸੀਂ ਕਿੰਨੇ ਉਮੀਦਵਾਰ ਉਤਾਰ ਰਹੇ? ਅਸੀਂ ਦੋ ਉਮੀਦਵਾਰ ਹੁਣ ਤੱਕ ਅਨਾਊਂਸ ਕੀਤੇ ਆ, ਬਾਕੀ ਇਸ ਕਰਕੇ ਨਹੀਂ ਕੀਤੇ ਕਿ ਸਾਡੀ ਅਲਾਇੰਸ ਨਾਲ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ। ਹੁਣ ਅਸੀਂ ਥੋੜ੍ਹੇ ਦਿਨਾਂ ਤੱਕ ਮੀਟਿੰਗ ਕਰਕੇ ਅਗਲਾ ਫੈਸਲਾ ਦਰਅਸਲ ਲਗਾਤਾਰ ਪਾਰਟੀਆਂ ਦੋਵਾਂ ਪਾਰਟੀਆਂ ਦੇ ਵਿਚਾਲੇ ਗੱਲਬਾਤ ਚੱਲ ਰਹੀ ਸੀ ਗੱਠਜੋੜ ਨੂੰ ਲੈ ਕੇ। ਇਸ ਤੋਂ ਪਹਿਲਾਂ PDA ਦੇ ਵੱਲੋਂ ਵੀ ਸੱਦਾ ਜਿਹੜਾ ਸੀ ਟਕਸਾਲੀਆਂ ਨੂੰ ਦਿੱਤਾ ਗਿਆ ਸੀ ਕਿ ਉਹ PDA ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਉਸ ਵੇਲੇ ਵੀ ਜੋ ਅਨੰਦਪੁਰ ਸਾਹਿਬ ਸੀਟ ਸੀ ਉਸ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਸੀ ਅਤੇ ਫਿਲਹਾਲ ਆਮ ਆਦਮੀ ਪਾਰਟੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਅਕਾਲੀ ਦਲ ਟਕਸਾਲੀ ਦੀ ਗੱਲ ਚੱਲ ਰਹੀ ਸੀ ਕਿ ਗੱਠਜੋੜ ਕੀਤਾ ਜਾਏਗਾ, ਇੱਕ ਤੀਜੀ ਧਿਰ ਬਣਾਉਣ ਦੀ ਕਵਾਇਤ ਕੀਤੀ ਜਾ ਰਹੀ ਸੀ ਦੋਵਾਂ ਪਾਰਟੀਆਂ ਦੇ ਵੱਲੋਂ ਸੂਬੇ ਦੇ ਵਿੱਚ, ਪਰ ਫਿਲਹਾਲ ਗੱਠਜੋੜ ਦੀਆਂ ਇਹ ਉਮੀਦਾਂ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀਆਂ ਨੇ। ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਜਿਹੜੀ ਸੀ ਦੋਵਾਂ ਪਾਰਟੀਆਂ ਵਿਚਾਲੇ ਕਿਸ ਤਰ੍ਹਾਂ ਦਾ ਸਮਝੌਤਾ ਨਹੀਂ ਹੋ ਸਕਿਆ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਸੇਖਵਾਂ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ 'ਤੇ ਤੁਹਾਡਾ। ਗੱਠਜੋੜ ਨੂੰ ਲੈ ਕੇ ਸੇਖਵਾਂ ਸਾਹਿਬ ਕੀ ਗੱਲਬਾਤ ਹੋਈ ਹੈ, ਕਿਉਂ ਗੱਲਬਾਤ ਜਿਹੜੀ ਹੈ ਸਿਰੇ ਨਹੀਂ ਚੜ ਸਕੀ? ਦੇਖੋ ਗੱਲ ਇਹ ਆ, ਅਸੀਂ ਜਿਸ ਦਿਨ ਆਮ ਆਦਮੀ ਪਾਰਟੀ ਨਾਲ ਗੱਲ ਸ਼ੁਰੂ ਕੀਤੀ ਆ ਉਸ ਦਿਨ ਹੀ ਉਹਨਾਂ ਨੂੰ ਸਾਡੀ ਪਹਿਲੀ ਸ਼ਰਤ ਸੀ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਦੇਸ਼ ਵਿੱਚ ਕਿਤੇ ਵੀ ਕਾਂਗਰਸ ਪਾਰਟੀ ਨਾਲ ਹੱਥ ਲਾਊਗੀ ਜੀ, ਅਸੀਂ ਉਹਦੇ ਨਾਲ ਅਲਾਇੰਸ ਨਹੀਂ ਕਰ ਸਕਦੇ। ਇਸ ਕਰਕੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਅਕਾਲ ਤਖ਼ਤ ਸਾਹਿਬ ਦਾ ਢੇਰੀ ਕੀਤਾ, ਦੂਜਾ ਜੋ ਦਿੱਲੀ ਦਾ ਕਤਲੇਆਮ ਆ ਉਹ ਕਦੀ ਵੀ ਅਸੀਂ ਭੁਲਾ ਨਹੀਂ ਸਕਦੇ। ਤੇ ਹੁਣ ਪਿਛਲੇ ਦਿਨ ਉਹ ਪਹਿਲਾਂ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਨਹੀਂ ਕਾਂਗਰਸ ਪਾਰਟੀ ਨਾਲ ਸਾਡੀ ਕੋਈ ਗਠਬੰਧਨ ਨਹੀਂ ਤੁੜਿਆ, ਲੇਕਿਨ ਥੋੜੇ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਦਾ ਬਿਆਨ ਆ ਗਿਆ ਤੇ ਹਰਿਆਣੇ ਵਿੱਚ ਆਪਾਂ ਉਹਨਾਂ ਕਾਂਗਰਸ ਨੂੰ ਅਪੀਲ ਕਰਤੀ ਵੀ ਆਪਾਂ ਇਕੱਠੇ ਚੱਲੀਏ ਤੇ 10 ਸੀਟਾਂ ਜਿੱਤ ਸਕਦੇ ਹਾਂ, ਤੇ ਸਾਨੂੰ ਸ਼ੱਕ ਪੈਦਾ ਹੋ ਗਿਆ ਵੀ ਇਹ ਕਿਸੇ ਵੇਲੇ ਵੀ ਕਾਂਗਰਸ ਨਾਲ ਜਾ ਸਕਦੇ ਆ ਜੀ। ਸੋ ਮੇਜਰ ਕਾਰਨ ਤੇ ਇਹ ਸੀ। ਦੂਸਰਾ, ਅਸੀਂ ਜੋ ਅਨੰਦਪੁਰ ਸਾਹਿਬ ਦੀ ਸੀਟ ਆ ਉਹ ਵੀ ਰੇੜਕਾ ਬਣੀ, ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਦੋਵੇਂ ਜਿਹੜੇ ਕੈਂਡੀਡੇਟ ਨੇ ਸਾਡਾ ਹੋਵੇ ਭਾਵੇਂ ਤੁਹਾਡਾ ਹੋਵੇ ਉਹਦੀ ਮੈਰਿਟ ਬਣਾ ਲਈਏ ਵੀ ਕਿਹੜਾ ਕੈਂਡੀਡੇਟ ਜਿੱਤਣ ਦੇ ਸਮਰੱਥ ਆ ਜੀ, ਤੇ ਜਿਹੜਾ ਕੈਂਡੀਡੇਟ ਵਧੀਆ ਹੋਵੇ ਜਿਹਨੂੰ ਲੋਕ ਪਸੰਦ ਕਰਦੇ ਹੋਣ ਜਿੱਤਣ ਦੇ ਸਮਰੱਥ ਹੋਵੇ ਉਹਨੂੰ ਅਸੀਂ ਅਡਾਪਟ ਕਰ ਲਈਏ ਜੀ। ਸੋ ਇਹ ਵੀ ਉਹਨਾਂ ਨੇ ਸਾਡੀ ਸ਼ਰਤ ਨਹੀਂ ਮੰਨੀ, ਇਸ ਗੱਲ ਤੇ ਅੜੇ ਰਹੇ ਪ੍ਰਧਾਨ ਮੰਤਰੀ ਦੇ ਤੌਰ ਤੇ ਤੁਸੀਂ ਨਰਿੰਦਰ ਮੋਦੀ ਉਹਨਾਂ ਨੂੰ ਸਪੋਰਟ ਕਰਦੇ ਹੋ, ਇਸੇ ਲਈ ਉਹਨਾਂ ਦਾ ਵੀ ਜਿਹੜਾ ਸੀ ਤੁਹਾਡੇ ਨਾਲ ਗੱਠਜੋੜ ਕਰਨ ਤੋਂ ਮਨਮੁਟਾ ਹੋਇਆ ਸੀ? ਜਦੋਂ ਸਾਡਾ ਮੈਂਬਰ ਪਾਰਲੀਮੈਂਟ ਹੀ ਨਹੀਂ ਤੇ ਅਸੀਂ ਅੱਗੋਂ ਕਿਵੇਂ ਐਲਾਨ ਕਰ ਸਕਦੇ ਹਾਂ ਕਿ ਅਸੀਂ ਕਿਸੇ ਦਾ ਸਮਰਥਨ ਕਰਾਂਗੇ ਜੀ? ਅਸੀਂ ਨਾ ਮੋਦੀ ਦਾ ਸਮਰਥਨ ਕੀਤਾ, ਨਾ ਰਾਹੁਲ ਦਾ ਸਮਰਥਨ ਕੀਤਾ, ਨਾ ਹੋਰ ਕਿਸੇ ਦਾ ਸਮਰਥਨ ਕੀਤਾ ਜੀ। ਇਹਦੇ ਉਦੋਂ ਬਾਅਦ ਫੈਸਲੇ ਹੋਣ ਵਾਲੇ ਨੇ ਜਦੋਂ ਕੋਈ ਆਪਣੇ ਕੋਲ ਮੈਂਬਰ ਪਾਰਲੀਮੈਂਟ ਹੋਵੇ ਤੇ ਅਸੀਂ ਫਲਾਣੇ ਦਾ ਸਮਰਥਨ ਕਰਾਂਗੇ, ਅਜੇ ਤੇ ਸਾਡੇ ਕੋਲ ਮੈਂਬਰ ਪਾਰਲੀਮੈਂਟ ਹੈ ਹੀ ਕੋਈ ਨਹੀਂ ਤੇ ਅਸੀਂ ਕਾਹਦਾ ਕਿਸੇ ਦਾ ਸਮਰਥਨ ਕਰਨਾ, ਇਹ ਬਿਲਕੁਲ ਗੱਲ ਗਲਤ ਹੈ ਉਹਨਾਂ ਦੀ। ਤੇ ਸੇਖਵਾਂ ਸਾਹਿਬ ਇੱਕ ਸਵਾਲ, ਕੀ ਹੁਣ ਜੇ ਗੱਠਜੋੜ ਦੀ ਗੱਲਬਾਤ ਆਮ ਆਦਮੀ ਪਾਰਟੀ ਨਾਲੋਂ ਟੁੱਟੀ ਹੈ ਤਾਂ PDA ਲਗਾਤਾਰ ਤੁਹਾਨੂੰ ਸੱਦਾ ਦੇ ਰਿਹਾ ਕਿ ਤੁਸੀਂ ਜੇ ਅਨੰਦਪੁਰ ਸਾਹਿਬ ਸੀਟ 'ਤੇ ਸਮਝੌਤਾ ਕਰ ਸਕਦੇ ਹੋ ਤਾਂ PDA 'ਚ ਵਾਪਸ ਜਾ ਸਕਦੇ ਹੋ, ਕੀ ਉਹਨੂੰ ਲੈ ਕੇ ਕੋਈ ਸੰਭਾਵਨਾ ਜਾਂ ਵਿਚਾਰ ਤੁਸੀਂ ਕਰ ਰਹੇ ਹੋ? ਅਤੇ ਬਾਕੀ ਜੋ ਤੁਹਾਡੇ ਉਮੀਦਵਾਰ ਨੇ, ਕੀ ਹੁਣ ਤੁਸੀਂ ਕਦੋਂ ਤੱਕ ਬਾਕੀ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੇ ਹੋ? ਸਾਡਾ ਸੰਪਰਕ ਅਜੇ ਆਮ ਆਦਮੀ ਪਾਰਟੀ ਨਾਲ ਵੀ ਬਣਿਆ ਹੋਇਆ ਆ ਔਰ ਜਿਹੜਾ ਪੰਜਾਬ ਡੈਮੋਕਰੇਟਿਕ ਅਲਾਇੰਸ ਆ ਉਹਦੇ ਨਾਲ ਵੀ ਬਣਿਆ ਹੋਇਆ। ਅਸਲੀਅਤ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਤੀਸਰਾ ਬਦਲ ਪੈਦਾ ਹੋਵੇ, ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ ਸੀ ਉਹਨਾਂ ਤੋਂ ਮੋਹ ਭੰਗ ਹੋ ਗਿਆ, ਪੰਜਾਬ ਦੇ ਲੋਕਾਂ ਦਾ ਲੋਕ ਉਹਨਾਂ ਤੋਂ ਟੁੱਟੀ ਨੇ। ਅਸੀਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਤੀਸਰਾ ਬਦਲ ਜਿਹੜਾ ਪੰਜਾਬ 'ਚ ਬਣੇ ਉਹਦੇ ਵਿੱਚ ਪੰਜਾਬ ਡੈਮੋਕਰੇਟਿਕ ਅਲਾਇੰਸ ਵੀ ਆਵੇ, ਆਮ ਆਦਮੀ ਪਾਰਟੀ ਵੀ ਆਏ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਆਏ ਜੀ। ਸੋ ਅਸੀਂ ਇਹਦੇ ਵਾਸਤੇ ਜਿਹੜੇ ਆ ਅਜੇ ਵੀ ਯਤਨ ਕਰ ਰਹੇ ਹਾਂ ਕਿ ਜੇ ਅਲਾਇੰਸ ਨਹੀਂ ਵੀ ਹੁੰਦਾ ਤੇ ਸੀਟ ਐਡਜਸਟਮੈਂਟ ਕਰ ਲਓ, ਜਿਹੜੀਆਂ ਸੀਟਾਂ ਤੁਸੀਂ ਜਿੱਤ ਸਕਦੇ ਹੋ
ਉੱਥੇ ਦੂਸਰਾ ਜਿਹੜਾ ਆਪਣਾ ਉਮੀਦਵਾਰ ਖੜਾ ਨਾ ਕਰੇ ਤਾਂ ਕਿ ਐਂਟੀ ਅਕਾਲੀ ਦਲ ਬੀਜੇਪੀ ਜਾਂ ਕਾਂਗਰਸ ਵੋਟਾਂ ਜਿਹੜੀਆਂ ਨੇ ਉਹਨਾਂ ਦੀ ਡਿਵੀਜ਼ਨ ਨਾ ਹੋ ਸਕੇ। ਬਹੁਤ ਬਹੁਤ ਧੰਨਵਾਦ ਸੇਖਵਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਸੁਸੇਵਾ ਸਿੰਘ ਸੇਖਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਗੂ, ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨਾਲ ਜੋ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਉਹਨਾਂ ਨੂੰ ਨਜ਼ਰ ਆਈਆਂ ਸੀ, ਅਤੇ ਦੂਜਾ ਜੋ ਅਨੰਦਪੁਰ ਸਾਹਿਬ ਦੀ ਸੀਟ ਸੀ ਉਸ ਨੂੰ ਲੈ ਕੇ ਜਿਹੜਾ ਹੈ ਉਹ ਸਮਝੌਤਾ ਦੋਵਾਂ ਦੇ ਵਿਚਾਲੇ ਨਹੀਂ ਹੋ ਸਕਿਆ। ਇਸੇ ਲਈ ਜੋ ਗੱਠਜੋੜ ਨੂੰ ਗੱਲਬਾਤ ਚੱਲ ਰਹੀ ਸੀ ਉਹ ਕਿਤੇ ਨਾ ਕਿਤੇ ਫਿਲਹਾਲ ਉਸ ਦੇ ਵਿੱਚ ਸਥਿਤੀ ਜਿਹੜੀ ਆ ਉਹ ਢਿੱਲੀ ਪਈ ਹੈ ਅਤੇ ਗੱਠਜੋੜ ਦੀਆਂ ਸੰਭਾਵਨਾਵਾਂ ਫਿੱਕੀਆਂ ਪਈਆਂ ਨੇ। ਹਾਲਾਂਕਿ ਉਹਨਾਂ ਦਾ ਵੀ ਕਹਿਣਾ ਹੈ ਕਿ ਕੋਸ਼ਿਸ਼ਾਂ ਲਗਾਤਾਰ ਉਹ ਕਰ ਰਹੇ ਨੇ, ਗੱਲਬਾਤ ਹਲੇ ਵੀ ਜਾਰੀ ਹੈ, PDA ਦੇ ਨਾਲ ਵੀ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ ਅਤੇ ਉੱਥੇ ਹੀ ਆਮ ਆਦਮੀ ਪਾਰਟੀ ਨਾਲ ਵੀ ਇਸ ਗੱਲ ਨੂੰ ਲੈ ਕੇ ਚਰਚਾ ਜਾਰੀ ਹੈ ਕਿ ਉਮੀਦਵਾਰ ਜੋ ਉਤਾਰੇ ਜਾਣੇ ਨੇ ਵੱਖ ਵੱਖ ਸੀਟਾਂ ਦੇ ਉੱਤੇ ਉਸ ਨੂੰ ਲੈ ਕੇ ਧਿਆਨ ਦੇ ਵਿੱਚ ਰੱਖਿਆ ਜਾਏ ਕਿ ਵਿਰੋਧੀਆਂ ਨੂੰ ਇਸਦਾ ਕੋਈ ਫਾਇਦਾ ਨਾ ਪਹੁੰਚੇ। ਇਸ ਲਈ ਸੀਟ ਐਡਜਸਟਮੈਂਟ ਜਿਹੜੀ ਹੈ ਜੇਕਰ ਕੀਤੀ ਜਾ ਸਕੇ, ਜੇਕਰ ਗੱਠਜੋੜ ਨਹੀਂ ਵੀ ਹੁੰਦਾ ਤਾਂ ਉਸ ਦੀਆਂ ਸੰਭਾਵਨਾਵਾਂ ਦੇ ਉੱਤੇ ਗੌਰ ਹਰੇਕ ਪਾਰਟੀ ਨੂੰ ਕਰਨਾ ਚਾਹੀਦਾ। ਦੋ ਸੀਟਾਂ ਦੇ ਉੱਤੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਅਨੰਦਪੁਰ ਸਾਹਿਬ ਸੀਟ ਅਤੇ ਖਡੂਰ ਸਾਹਿਬ ਸੀਟ ਤੋਂ, ਖਡੂਰ ਸਾਹਿਬ ਦੀ ਸੀਟ ਤੋਂ ਰਿਟਾਇਰਡ ਜਨਰਲ JJ ਸਿੰਘ ਨੂੰ ਉਮੀਦਵਾਰ ਟਕਸਾਲੀ ਅਕਾਲੀ ਦਲ ਦੇ ਵੱਲੋਂ ਐਲਾਨਿਆ ਗਿਆ। ਅਤੇ ਇਸ ਨਾਲ ਅਨੰਦਪੁਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਸੀਟ ਤੋਂ ਸਾਬਕਾ ਵਿਧਾਨ ਸਭਾ ਸਪੀਕਰ ਬੀਰ ਦਵਿੰਦਰ ਸਿੰਘ ਉਹਨਾਂ ਨੂੰ ਆਪਣਾ ਉਮੀਦਵਾਰ ਪਾਰਟੀ ਐਲਾਨ ਚੁੱਕੀ ਹੈ। ਇਸੇ ਮਸਲੇ ਦੇ ਉੱਤੇ PDA ਨਾਲ ਲੈ ਕੇ ਵੀ ਜੋ ਅਸੀਂ ਗੱਲਬਾਤ ਅੱਗੇ ਨਹੀਂ ਵੱਧ ਸਕੀ ਸੀ ਅਤੇ ਆਮ ਆਦਮੀ ਪਾਰਟੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਾਡੇ ਨਾਲ ਜੁੜੇ ਨੇ ਫੋਨਲਾਈਨ 'ਤੇ। ਚੀਮਾ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ 'ਤੇ ਤੁਹਾਡਾ। ਚੀਮਾ ਸਾਹਿਬ, ਜੋ ਗੱਠਜੋੜ ਨਾਲ ਗੱਲਬਾਤ ਚੱਲ ਰਹੀ ਸੀ ਟਕਸਾਲੀਆਂ ਦੇ ਨਾਲ, ਕੀ ਉਸ ਗੱਲਬਾਤ ਦਾ ਬਣ ਰਿਹਾ, ਗੱਲਬਾਤ ਅੱਗੇ ਵੱਧ ਰਹੀ ਹੈ ਜਾਂ ਉਸਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਨੇ? ਦੇਖੋ, ਗੱਲਬਾਤ ਦੀਆਂ ਸੰਭਾਵਨਾ ਬਿਲਕੁਲ ਖਤਮ ਹੋ ਚੁੱਕੀਆਂ ਨੇਗੀਆਂ, ਕਿਉਂਕਿ ਉਹਨਾਂ ਵੱਲੋਂ ਬਾਰ ਬਾਰ ਮੋਦੀ ਸਾਹਿਬ ਨੂੰ ਬਤੌਰ ਪ੍ਰਧਾਨ ਮੰਤਰੀ ਉਭਾਰਨਾ ਅਤੇ ਅਨੰਦਪੁਰ ਸੀਟ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਕਹਿਣਾ ਕਿ ਅਸੀਂ ਲੜਾਂਗੇ, ਕਿਉਂਕਿ ਆਮ ਆਦਮੀ ਪਾਰਟੀ ਦੀ ਪਹਿਲਾਂ ਹੀ ਕਹਿ ਚੁੱਕੀ ਸੀਗੀ ਵੀ ਅਨੰਦਪੁਰ ਸਾਹਿਬ ਸਾਡੇ ਕੈਂਡੀਡੇਟ ਡਿਕਲੇਅਰ ਹੋ ਚੁੱਕਿਆ। ਸੋ ਤੁਸੀਂ ਪਟਿਆਲਾ ਜਾਂ ਇਹਦੇ ਅਲਟਰਨੇਟਿਵ ਬਠਿੰਡਾ ਲੈ ਲਓ ਜੀ, ਪਰ ਲੇਕਿਨ ਉਹ ਇਸ ਗੱਲ ਤੋਂ ਨਹੀਂ ਮੰਨੇ। ਸੋ ਬੜੇ ਅੱਛੇ ਮਾਹੌਲ ਚ ਗੱਲਬਾਤ ਹੁੰਦੀ ਸੀ, ਪਰ ਅਨਫਾਰਚੂਨੇਟਲੀ ਇਹ ਸਮਝੌਤਾ ਨਹੀਂ ਹੋਇਆ। ਹੋ ਜਾਣਾ ਚਾਹੀਦਾ ਸੀ। ਚੀਮਾ ਸਾਹਿਬ, ਅਸੀਂ ਸੇਖਵਾ ਸਾਹਿਬ ਨਾਲ ਗੱਲ ਕਰ ਰਹੇ ਸੀ, ਹੁਣੇ ਉਹਨਾਂ ਦਾ ਕਹਿਣਾ ਸੀ ਕਿ ਜੋ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਗੱਲ ਹੈ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਉਹ ਕਹਿ ਰਹੇ ਨੇ ਕਿ ਸਾਡਾ ਕੋਈ ਮੈਂਬਰ ਪਾਰਲੀਮੈਂਟ ਨਹੀਂ ਹੈ, ਇਸ ਲਈ ਇਸ ਤਰੀਕੇ ਦਾ ਤਰਕ ਜੇ ਆਮ ਆਦਮੀ ਪਾਰਟੀ ਦਿੰਦੀ ਹੈ ਤਾਂ ਪੂਰੀ ਤਰ੍ਹਾਂ ਦੇ ਨਾਲ ਗਲਤ ਤਰਕ ਹੈ। ਉਹਨਾਂ ਦਾ ਕਹਿਣਾ ਕਿ ਤੁਸੀਂ ਕਾਂਗਰਸ ਨਾਲ ਗੱਠਜੋੜ ਕਰਨ ਜਾ ਰਹੇ ਹੋ, ਉਸ ਦੀਆਂ ਸੰਭਾਵਨਾਵਾਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ, ਇਸੇ ਲਈ ਗੱਠਜੋੜ ਤੁਹਾਡੇ ਨਾਲ ਨਹੀਂ ਹੋ ਸਕਿਆ। ਬਿਲਕੁਲ ਨਹੀਂ, ਆਮ ਆਦਮੀ ਪਾਰਟੀ ਵੀ ਕਿਸੇ ਵੀ ਕਾਂਗਰਸ ਪਾਰਟੀ ਨੇ ਗੱਠਜੋੜ ਨਹੀਂ ਕਰਨ ਜਾ ਰਹੀ। ਜਦੋਂ ਗੱਠਜੋੜ ਹੋਊਗਾ ਉਸ ਤੋਂ ਬਾਅਦ ਦੀ ਗੱਲ ਹੈ, ਪਹਿਲਾਂ ਹੀ ਇਹ ਮੀਅਰ ਸਪੈਕੂਲੇਸ਼ਨ ਮੀਅਰ ਅਸੈਸਮੈਂਟ ਲਾਈ ਜਾਣੀ ਹੈ ਵੀ ਫਲਾਣੇ ਦਾ ਫਲਾਣਾ ਹੋਊਗਾ, ਇਹ ਤਾਂ ਬਿਲਕੁਲ ਗਲਤ ਗੱਲ ਆ। ਉਸ ਫਸਟ ਸਟੈਂਡ ਕਰਨ ਵੀ ਜੇਕਰ ਉਹਨਾਂ ਦੇ ਹੁਣ ਤਾਂ ਜਿਹੜੇ ਬ੍ਰਹਮਪੁਰਾ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਬਾਰ ਬਾਰ ਕਿਹਾ ਵੀ ਅਸੀਂ ਮੋਦੀ ਸਾਹਿਬ 'ਚ ਯਕੀਨ ਰੱਖਦੇ ਹਾਂ, ਸੋ ਇਹ ਵੱਡੀ ਗੱਲ ਆ। ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦਾ ਬਿਲਕੁਲ ਗੱਠਜੋੜ ਨਹੀਂ ਕਰਨ ਜਾ ਰਹੀ ਅੱਜ ਦੇ ਵਿੱਚ। ਤੇ ਤੁਸੀਂ ਹੁਣ ਹਰੇਕ ਸੀਟ ਤੇ ਆਪਣਾ ਉਮੀਦਵਾਰ ਉਤਾਰਨ ਜਾ ਰਹੇ ਹੋ, ਜੇ ਹੁਣ ਸਮਝੌਤੇ ਦੀ ਗੱਲਬਾਤ ਖਤਮ ਹੋ ਚੁੱਕੀ ਹੈ, ਕਦੋਂ ਤੱਕ ਤੁਸੀਂ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੇ ਹੋ? 13 ਪਾਰਲੀਮੈਂਟ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਤਾਰਨ ਜਾ ਰਹੇ ਹਾਂ। ਧੰਨਵਾਦ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਹਰਪਾਲ ਚੀਮਾ ਆਗੂ ਵਿਰੋਧੀ ਧਿਰ, ਜਿਨ੍ਹਾਂ ਦਾ ਕਹਿਣਾ ਹੈ ਕਿ ਟਕਸਾਲੀ ਅਕਾਲੀ ਦਲ ਵੱਲੋਂ ਜੋ ਅਨੰਦਪੁਰ ਸਾਹਿਬ ਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਉਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਅਤੇ ਦੂਜਾ ਜੋ ਟਕਸਾਲੀ ਅਕਾਲੀ ਦਲ ਹੈ ਉਹ ਵੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਰਿੰਦਰ ਮੋਦੀ ਦੀ ਉਹ ਸਪੋਰਟ ਕਰਦੇ ਨੇ, ਇਸੇ ਲਈ ਆਮ ਆਦਮੀ ਪਾਰਟੀ ਇਸ ਗੱਠਜੋੜ ਤੋਂ ਪਿੱਛੇ ਹਟੀ।